प्यारे विद्यार्थियों, साइंस विषय की जमात में अमन थोड़ा स्वागत करती हाँ अंज असी छेवीं कलास की पाठ संजीव अति दुगिरदा बारे पढ़ा बची पता है धरती किन्ने प्रकार के मौसम हैं जी हाँ धरती चार तरह दुत गर्मी सर्दी ਵਸੰਤ ਤੇ ਪਤਝੜ ਜਿਵੇਂ ਕਿ ਸਾਨੂੰ ਪਤਾ ਹੈ ਇੰਡੀਆ ਵੀ ਇੱਕ ਜਗ੍ਹਾ ਹੈ ਅਤੇ ਪਾਕਿਸਤਾਨ ਵੀ ਇੱਕ ਜਗ੍ਹਾ ਹੈ ਸਾਰੀਆਂ ਜਗਾਵਾਂ ਦਾ ਮੌਸਮ ਵੀ ਵੱਖਰਾ ਵੱਖਰਾ ਹੁੰਦਾ ਹੈ ਅਤੇ ਉਥੇ ਵੱਖਰੀ ਵੱਖਰੀ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਉਗਦੇ ਹਨ ਧਰਤੀ ਦੇ ਹਰ ਥਾਂ 'ਤੇ ਵੱਖਰੀ ਕਿਸਮ ਦੇ ਪੌਦੇ ਅਤੇ ਜੰਤੂ ਮਿਲਦੇ ਹਨ ਜਿਵੇਂ ਯਾਕ ਸਾਨੂੰ ਪਹਾੜੀ ਇਲਾਕਿਆਂ ਵਿੱਚ ਮਿਲਦਾ ਹੈ ਊਠ ਰੇਗਿਸਤਾਨ ਵਿੱਚ ਅਤੇ ਪੈਂਗੁਇਨ ਬਰਫ਼ੀਲੀ ਜਗ੍ਹਾ 'ਤੇ ਹੀ ਵਿਖੜ ਨੂੰ ਮਿਲਦੇ ਹਨ ਪਿਆਰੇ ਵਿਦਿਆਰਥੀਓ ਹੁਣ ਤੁਸੀਂ ਆਪਣੀ ਕਮਰ ਦੇ ਕਮਰੇ ਦੇ ਵਿੱਚ ਤੇ ਆਲੇ-ਦੁਆਲੇ ਜਰਾ ਨਿਗਾਹ ਕੁਮਾ ਕੇ ਦੇਖੋ ਤੁਹਾਨੂੰ ਕੀ ਕੀ ਦਿਖਾਈ ਦਿੰਦਾ ਹੈ ਸਾਨੂੰ ਆਪਣੇ ਕਮਰੇ ਦੇ ਵਿੱਚ ਹੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਜਿਵੇਂ ਕਿ ਮੇਜ਼, ਕੁਰਸੀ, ਬੈੱਡ, ਪੱਖਾ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਕੀੜੇ, ਮਕੌੜੇ, ਮਕੜੀ, ਛਿਪਕਲੀਆਂ ਦਿਖਾਈ ਦਿੰਦੀਆਂ ਹਨ ਇਸ ਤਸਵੀਰ ਦੇ ਵਿੱਚ ਵੀ ਤੁਹਾਨੂੰ ਕੁਝ ਜਾਂ ਦਿਖਾਈਆਂ ਦਿਖਾਈ ਦੇ ਰਹੀਆਂ ਹਨ ਜਿਵੇਂ ਕਿ ਗੇਂਦ, ਪੌਦਾ ਵੱਖਰਾ ਤੇ ਪੰਛੀ ਕਰ ਬੱਚਿਓ ਕੀ ਤੁਸੀਂ ਹੁਣ ਇਹਨਾਂ ਨੂੰ ਵੱਖਰਾ ਕਰ ਸਕਦੇ ਹੋ ਕਿ ਇਹਨਾਂ ਚੀਜ਼ਾਂ ਵਿੱਚੋਂ ਕਿਹੜੀਆਂ ਚੀਜ਼ਾਂ ਸੰਜੀਵ ਹਨ ਅਤੇ ਕਿਹੜੀਆਂ ਨਰਜੀਵ ਹਨ ਵੱਖਰਾ ਕਰਨ ਤੋਂ ਪਹਿਲਾਂ ਸਾਡਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੰਜੀਵ ਕੀ ਹੁੰਦੇ ਹਨ ਅਤੇ ਨਰਜੀਵ ਕੀ ਹੁੰਦੇ ਹਨ ਤੇ ਚਲੋ ਆਓ ਪਹਿਲਾਂ ਅਸੀਂ ਇਹੀ ਸਮਝਦੇ ਹਾਂ ਕਿ ਸੰਜੀਵ ਕੀ ਹਨ ਆ ਹੁਣ ਅਸੀਂ ਸੰਜੀਵ ਤੇ ਨਰਜੀਵ ਬਾਰੇ ਸਮਝਦੇ ਹਾਂ ਸੰਜੀਵ ਗਤੀ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਸੰਜੀਵ ਇੱਕ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਦੇ ਉੱਤੇ ਜਾ ਸਕਦੇ ਹਨ ਜਿਵੇਂ ਕਿ ਮਨੁੱਖ ਮਨੁੱਖ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾ ਸਕਦਾ ਹੈ ਜਦ ਕਿ ਨਿਰਜੀਵ ਜੋ ਹਨ ਉਹ ਗਤੀ ਨਹੀਂ ਕਰ ਸਕਦੇ ਜਿਵੇਂ ਕਿ ਟੇਬਲ ਕੁਰਸੀ ਇਹ ਆਪਣੀ ਇੱਕ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਦੇ ਉੱਤੇ ਨਹੀਂ ਜਾ ਸਕਦੀ ਸੰਜੀਵਾ ਵਿੱਚ ਵਾਧਾ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਸੰਜੀਵ ਵੱਧਦੀ ਫੁੱਲਦੇ ਹਨ ਜਿਵੇਂ ਕਿ ਇੱਕ ਛੋਟਾ ਬੱਚਾ ਹੁੰਦਾ ਹੈ ਛੋਟੇ ਬੱਚੇ ਤੋਂ ਵੱਧ ਕੇ ਉਹ ਵੱਡਾ ਹੁੰਦਾ ਹੈ ਪਰ ਨਿਰਜੀਵਾ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਉਹ ਫੱਦਦੇ ਨਹੀਂ ਸੰਜੀਵ ਮਹਿਸੂਸ ਕਰ ਸਕਦੇ ਹਨ ਜਿਵੇਂ ਕਿ ਮਨੁੱਖ ਮਨੁੱਖ ਸਰਦੀ ਗਰਮੀ ਨੂੰ ਮਹਿਸੂਸ ਕਰਦੇ ਹਨ पर निर्जीवਾਂ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਉਹ ਮਹਿਸੂਸ ਨਹੀਂ ਕਰ ਸਕਦੀ ਸੰਜੀਵ ਸਾਹ ਲੈਂਦੇ ਹਨ ਤੇ ਨਿਰਜੀਵ ਸਾਹ ਨਹੀਂ ਲੈਂਦੇ ਸੰਜੀਵ ਭੋਜਨ ਖਾਂਦੇ ਹਨ ਤੇ ਨਿਰਜੀਵ ਭੋਜਨ ਨਹੀਂ ਤੇ ਹੁਣ ਅਸੀਂ ਆਸਾਨੀ ਨਾਲ ਇਸ ਤਸਵੀਰ ਵਿੱਚ ਦਿੱਤੀਆਂ ਹੋਈਆਂ ਚੀਜ਼ਾਂ ਦੀ ਪਛਾਣ ਕਰ ਸਕਦੀ ਹਾਂ ਇਹਨਾਂ ਦੇ ਵਿੱਚ ਗਿੰਦ ਪੱਖਾ ਅਤੇ ਘਰ ਨਿਰਜੀਵ ਹਨ ਅਤੇ ਪੌਦਾ ਪੰਛੀ ਸੰਜੀਵ ਹਨ ਆਓ ਵਿਦਿਆਰਥੀਓ ਅਸੀਂ ਹੁਣ ਸੰਜੀਵਾ ਦੀ ਗੁਣਾਵਾਰੀ ਵਿਸਥਾਰ ਨਾਲ ਪੜ੍ਹਦੇ ਹਾਂ ਸਾਰੇ ਸੰਜੀਵ ਸੈੱਲਾਂ ਦੇ ਬਣੇ ਹੁੰਦੇ ਹਨ ਜਿਵੇਂ ਕਿ ਇੱਕ ਇੱਟ ਤੂ ਇੱਟ ਤੂ ਮਿਲ ਕੇ ਦੀਵਾਰ ਬਣਦੀ ਹੈ ਤੇ ਇੱਟ ਕੀ ਹੋਈ ਇੱਕ ਇਕਾਈ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਟਾਂ ਮਿਲ ਕੇ ਇੱਕ ਪੂਰੀ ਦੀਵਾਰ ਬਣਾਉਂਦੀਆਂ ਹਨ ਇਸੇ ਤਰ੍ਹਾਂ ਹੀ ਸਾਡੀ ਸਰੀਰ ਹੈ ਸਾਡਾ ਸਰੀਰ ਵੀ ਕਿੰਨੇ ਸਾਰੇ ਸੈੱਲਾਂ ਤੋਂ ਮਿਲ ਕੇ ਬਣਿਆ ਹੈ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਅਮੀਬਾ ਅਤੇ ਪੈਰਾਮੇਸ਼ੀਅਮ ਇਹ ਇੱਕ ਸੈੱਲ ਦੀਆਂ ਉਦਾਹਰਨਾਂ ਹਨ ਅਤੇ ਮਨੁੱਖ ਪੌਦੇ ਇਹ ਬਹੁ ਸੈੱਲ ਦੇ ਉਦਾਹਰਨਾਂ ਹਨ ਇਸ ਤੋਂ ਅੱਗੇ ਦੇਖੋ ਸਾਰੇ ਸੰਜੀਵ ਵਾਧਾ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਸੰਜੀਵਾ ਵਿੱਚ ਵਾਧਾ ਹੁੰਦਾ ਹੈ ਜਿਵੇਂ ਕਿ ਇੱਕ ਬਾਲ ਤੋਂ ਬਲਗ ਬਣਦਾ ਹੈ ਸੰਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਅਸੀਂ ਮਨੁੱਖ ਨੇ ਬਹੁਤ ਸਾਰੀਆਂ ਕਿਰਿਆਵਾਂ ਕਰਨੀਆਂ ਹੁੰਦੀਆਂ ਹਨ ਅਸੀਂ ਬੱਚਿਓ ਜਿਵੇਂ ਤੁਸੀਂ ਖੇਡਦੇ ਹੋ ਦੁਰਦੇ ਹੋ ਫਿਰਦੇ ਹੋ ਤੇ ਰੋਜ਼ ਬਹੁਤ ਸਾਰੇ ਕੰਮ ਕਰਦੇ ਹੋ ਇਹਨਾਂ ਸਾਰੇ ਕੰਮਾਂ ਨੂੰ ਕਰਨ ਵਾਸਤੇ ਤੁਹਾਨੂੰ ਊਰਜਾ ਦੀ ਜ਼ਰੂਰਤ ਪੈਂਦੀ ਹੈ ਤੇ ਇਹ ਊਰਜਾ ਸਾਨੂੰ ਕਿੱਥੋਂ ਮਿਲਦੀ ਹੈ ਇਹ ਊਰਜਾ ਸਾਨੂੰ ਭੋਜਨ ਤੋਂ ਮਿਲਦੀ ਹੈ ਸੰਜੀਵ ਪ੍ਰਜਨਨ ਕਰ ਸਕਦੇ ਹਨ ਜਾਨਕੀ ਇਹਨਾਂ ਵਿੱਚ ਪਰਜਨਨ ਦੀ ਸ਼ਕਤੀ ਹੁੰਦੀ ਹੈ ਇਹ ਆਪਣੇ ਹੀ ਤਰ੍ਹਾਂ ਦੇ ਜੀਵਾਂ ਨੂੰ ਪੈਦਾ ਕਰ ਸਕਦੇ ਹਨ ਸੰਜੀਵ ਸਾਹ ਲੈਂਦੇ ਹਨ ਤੇ ਇਹਨਾਂ ਵਿੱਚ ਸਾਹ ਸ਼ਕਤੀ ਹੁੰਦੀ ਹੈ ਤੇ ਇਹ ਸਾਹ ਲੈ ਸਕਦੇ ਹਨ ਸਾਰੇ ਸੰਜੀਵ ਅਤੇ ਨਰਜੀਵ ਮਿਲ ਕੇ ਚੁਗਿਰਦਾ ਬਣਾਉਂਦੇ ਹਨ ਮੈਨੂੰ ਉਮੀਦ ਹੈ ਕਿ ਅੱਜ ਦਾ ਇਹ ਟਾਪਿਕ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ